हेलो स्टूडेंट्स, वेलकम टू माय चैनल ढिल्लो एडू पॉइंट। स्टूडेंट्स पीटर प्लस बी ने जिहड़ियां हैगियां ने लीगल क्लर्क दियां पोस्टां ओह अनाउंस कीतियां सी जिहड़ियां 2-3 दिन पहले, ते उन्हां दा नोटिफिकेशन आ गया है जी। उन्हां नूं जिहड़ा हैगा अप्लाई तुसीं 9 अगस्त 2024 तों कर सकदे हो जी, ते लास्ट डेट अप्लाई करन दी 9 सितंबर 2024 है जी। ਜਿੱਦਾਂ ਤੁਹਾਨੂੰ ਪਤਾ ਹੀ ਹੈ ਪੀਟ ਪਲੱਸ ਵੀ ਫੀਸ ਭਰਨ ਲਈ 2 ਦਿਨ ਐਕਸਟਰਾ ਦਿੰਦਾ ਹੁੰਦਾ ਆ, 2-3 ਦਿਨ। ਸੋ ਲਾਸਟ ਡੇਟ ਆ ਜਿਹੜੀ ਫੀਸ ਭਰਨ ਦੀ ਰੱਖੀ ਗਈ ਹੈ ਇਹਨਾਂ ਨੇ 12 ਸਪਤੰਬਰ 2024 ਰੱਖੀ ਹੈ ਜੀ। ਅਤੇ ਜਿਹੜਾ ਐਡਵਰਟਾਈਜ਼ਮੈਂਟ ਨੰਬਰ ਆ ਇਹ ਜ਼ਰੂਰ ਨੋਟ ਕਰ ਲਿਓ, ਇਹ ਹੈਗਾ ਜੀ 15 ਆਫ 2024, ਠੀਕ ਹੈ ਜੀ। ਅਤੇ ਜੇ ਗੱਲ ਕਰੀਏ ਆਪਾਂ ਟੋਟਲ ਵੈਕੈਂਸੀ ਦੀ, ਤਾਂ ਟੋਟਲ ਵੈਕੈਂਸੀਆਂ ਇਹਦੇ ਲਈ 44 ਨੇ ਜੀ, ਠੀਕ ਹੈ ਜੀ। ਔਨਲਾਈਨ ਅਪਲਾਈ ਕਰ ਸਕਦੇ ਹੋ ਤੁਸੀਂ। ਕਿਆ ਵੈਕੈਂਸੀਆਂ ਦੀ ਡਿਟੇਲ ਦਿੱਤੀ ਹੋਈ ਆ, ਹੈ ਨਾ ਵੀ ਕਿੰਨੀਆਂ ਕਿੰਨਾ ਲਈ ਹੈ ਨਾ ਜੀ, ਕੈਟਾਗਰੀ ਦੇ ਅਕੋਰਡਿੰਗ। ਅਤੇ ਫਿਰ ਗੱਲ ਕਰੀਏ ਜੇ ਆਪਾਂ, ਇਹ ਤੁਹਾਡੇ ਕੈਟਾਗਰੀ ਕੋਡ ਆ ਗਏ ਜੀ, ਠੀਕ ਹੈ। ਜਦੋਂ ਆਪਾਂ ਫੋਰਮ ਫਿਲ ਕਰਦੇ ਹਾਂ ਤਾਂ ਇਹ ਕੋਡ ਆ ਜਿਹੜੇ ਨਾਲ ਫਿਲ ਕਰਨੇ ਹੁੰਦੇ ਆ, ਤਾਂ ਇਸ ਅਕੋਰਡਿੰਗ ਤੁਸੀਂ ਕਰ ਸਕਦੇ ਹੋ ਫਿਲ, ਠੀਕ ਹੈ। ਅਤੇ ਆ ਤੁਹਾਡਾ ਸੈਲਰੀ ਬਾਰੇ ਆ ਗਿਆ ਜੀ, ਵੀ ਸੈਲਰੀ ਕਿੱਦਾਂ, ਹੈ ਨਾ ਕਿੰਨੀ ਹੋਏਗੀ। ਅਤੇ ਹੁਣ ਆਪਾਂ ਗੱਲ ਕਰਦੇ ਹਾਂ ਕੁਆਲੀਫਿਕੇਸ਼ਨ ਦੀ। ਜੇ ਗੱਲ ਕਰੀਏ ਆਪਾਂ ਕੁਆਲੀਫਿਕੇਸ਼ਨ ਦੀ, ਤਾਂ ਤੁਹਾਡੀ ਗ੍ਰੈਜੂਏਟ ਕੀਤੀ ਹੋਣੀ ਚਾਹੀਦੀ ਆ ਕਿਸੇ ਵੀ ਯੂਨੀਵਰਸਿਟੀ ਦੇ ਵਿੱਚੋਂ, ਲਾਅ ਦੇ ਵਿੱਚ ਲਾਅ ਗ੍ਰੈਜੂਏਟ ਤੁਸੀਂ ਹੋਣੇ ਚਾਹੀਦੇ ਹੋ, ਠੀਕ ਹੈ ਜੀ। ਅਤੇ ਪੰਜਾਬ ਸਿਵਲ ਸੇਵਾਵਾਂ ਰੂਲਸ 1994 ਦੇ ਅਕੋਰਡਿੰਗ 10ਵੀਂ ਦੇ ਵਿੱਚ ਤੁਸੀਂ ਪੰਜਾਬੀ ਪਾਸ ਕੀਤੀ ਹੋਣੀ ਚਾਹੀਦੀ ਆ। ਹੁਣ ਕਈਆਂ ਨੇ ਨਹੀਂ ਕੀਤੀ ਹੁੰਦੀ, ਹੈ ਨਾ, ਹੁਣ ਜਿਨ੍ਹਾਂ ਨੇ ਨਹੀਂ ਕੀਤੀ ਉਹਨਾਂ ਨੂੰ ਵੀ ਟੈਨਸ਼ਨ ਲੈਣ ਦੀ ਕੋਈ ਜ਼ਰੂਰਤ ਨਹੀਂ ਹੈ, ਉਹ ਐਡੀਸ਼ਨਲ ਪੇਪਰ ਦੇ ਸਕਦੇ ਆ, ਹੈ ਨਾ ਜੀ। ਐਡੀਸ਼ਨਲ ਪੇਪਰ ਦੇ ਕੇ ਪੰਜਾਬੀ ਦਾ, ਅਤੇ ਉਹ ਵੀ ਫਿਰ ਅਪਲਾਈ ਆ ਜਿਹੜਾ ਕਰ ਸਕਦੇ ਆ, ਠੀਕ ਹੈ। ਗੱਲ ਕਰੀਏ ਜੇ ਆਪਾਂ ਏਜ ਦੀ, ਤਾਂ ਹੈਗੀ ਆ ਜਿਹੜੀ ਏਜ ਤੁਹਾਡੀ ਘੱਟੋ ਘੱਟ 18 ਸਾਲ ਅਤੇ ਮੈਕਸੀਮਮ 37 ਸਾਲ ਹੋਣੀ ਚਾਹੀਦੀ ਆ। ਅਤੇ ਜਿਹੜੀਆਂ ਰਿਜ਼ਰਵ ਕੈਟਾਗਰੀਸ ਆ ਉਹਨਾਂ ਨੂੰ ਇਹਦੇ ਵਿੱਚ ਛੋਟ ਹੁੰਦੀ ਹੈ ਜੀ, ਜਿੱਦਾਂ ਇਹਨਾਂ ਨੇ ਲਿਖਿਆ ਅਨੁਸੂਚਿਤ ਜਾਤੀ ਅਤੇ ਪਛੜੀ ਸ਼੍ਰੇਣੀ ਲਈ 42 ਸਾਲ ਹੈ ਜੀ, ਠੀਕ ਹੈ। ਅਤੇ ਬਾਕੀ ਦੇਖ ਲਿਓ ਹੈਂਡੀਕੈਪ ਲਈ 47 ਸਾਲ ਤੱਕ ਅਪਲਾਈ ਜਿਹੜੀ ਉਹ ਕਰ ਸਕਦੇ ਹੋ, ਠੀਕ ਹੈ ਜੀ। ਇਹ ਹੈਗੀ ਆ ਫੀਸ, ਇਹ ਜਿਹੜੀ ਜਨਰਲ ਕੈਟਾਗਰੀ ਲਈ ਆ, ਸਪੋਰਟਸ ਕੈਟਾਗਰੀ ਲਈ ਆ ਉਹਨਾਂ ਲਈ ਹੈਗੀ ਆ 1000 ਰੁਪਿਆ ਜੀ, ਅਤੇ ਐੱਸ ਸੀ ਬੀ ਸੀ ਅਤੇ ਈ ਡਬਲਯੂ ਐੱਸ ਲਈ 250 ਰੁਪਿਆ ਫੀਸ ਹੈ ਜੀ। ਐਕਸ ਸਰਵਿਸਮੈਨ ਅਤੇ ਸੈਲਫ ਡਿਪੈਂਡੈਂਟ ਦੋਨਾਂ ਲਈ 200 ਰੁਪਿਆ ਵਾ, ਹੈਂਡੀਕੈਪ ਲਈ 500 ਰੁਪਿਆ ਫੀਸ ਹੈ ਤੁਹਾਡੀ, ਠੀਕ ਹੈ ਜੀ। ਇਹ ਫੀਸ ਤੁਹਾਡੀ ਰਿਫੰਡ ਕਿਸੇ ਵੀ ਸੂਰਤ ਵਿੱਚ ਵਾਪਸ ਨਹੀਂ ਹੋਊਗੀ, ਰਿਫੰਡ ਨਹੀਂ ਹੋਊਗੀ। ਹੁਣ ਇਹ ਗੱਲ ਕਰ ਰਹੇ ਆ ਜੀ ਆਪਣਾ ਸਿਲੈਕਸ਼ਨ ਪ੍ਰੋਸੈਸ ਕਿੱਦਾਂ ਹੋਏਗਾ, ਹੈ ਨਾ ਜੀ। ਤੁਹਾਡੇ 2 ਪੇਪਰ ਹੋਣਗੇ ਜੀ, ਪੇਪਰ ਏ ਅਤੇ ਪੇਪਰ ਬੀ। ਜਿਹੜਾ ਪੇਪਰ ਏ ਹੋਊਗਾ ਕੁਆਲੀਫਾਈਂਗ ਨੇਚਰ ਦਾ ਹੋਊਗਾ, ਇਹਦੇ ਵਿੱਚ ਪੰਜਾਬੀ ਹੋਊਗੀ, ਹੈ ਨਾ ਜੀ। ਪੰਜਾਬੀ ਦੇ ਜਿੱਦਾਂ ਮੁਹਾਵਰੇ ਹੋ ਗਏ, ਹੈ ਨਾ, ਅਤੇ ਬਾਕੀ ਆਪਣਾ ਲਿਟਰੇਚਰ ਦਾ ਵੀ ਕੁਛ ਪਾਰਟ ਆ ਜਾਂਦਾ, ਮਤਲਬ ਪੰਜਾਬੀ ਦੇ ਵਿੱਚ 10ਵੀਂ ਲੈਵਲ ਤੱਕ ਦੀ ਪੰਜਾਬੀ ਹੈ ਜਿਹੜੀ ਉਹ ਇਹਦੇ ਵਿੱਚ ਆਊਗੀ। ਇਹ ਪੇਪਰ ਨੂੰ ਸਿਰਫ ਤੁਸੀਂ ਕੁਆਲੀਫਾਈ ਕਰਨਾ, ਮੈਰਿਟ ਦੇ ਵਿੱਚ ਇਹਦੇ ਨੰਬਰ ਨਹੀਂ ਲੱਗਣੇ। ਅਤੇ ਕੁਆਲੀਫਾਈ ਕਰਨ ਲਈ ਤੁਹਾਨੂੰ ਜੀ ਇਹਦੇ ਵਿੱਚੋਂ 50% ਮਾਰਕਸ ਜਿਹੜੇ ਚਾਹੀਦੇ ਹੁੰਦੇ ਆ,
ਅਤੇ ਇਹਦੇ ਵਿੱਚ ਨੈਗਟਿਵ ਮਾਰਕਿੰਗ ਨਹੀਂ ਹੋਊਗਾ। ਬਟ ਜਿਹੜਾ ਪਾਰਟ ਬੀ ਆ ਉਹਦੇ ਵਿੱਚ ਨੈਗਟਿਵ ਮਾਰਕਿੰਗ ਹੁੰਦੀ ਆ, ਕਿਉਂਕਿ ਤੁਹਾਡੀ ਮੈਰਿਟ ਪਾਰਟ ਬੀ ਆ, ਜਿਹੜਾ ਪਾਰਟ ਬੀ ਪੇਪਰ ਬੀ ਆ ਉਹਦੇ ਅਕੋਰਡਿੰਗ ਤੁਹਾਡੀ ਮੈਰਿਟ ਲਿਸਟ ਆ ਜਿਹੜੀ ਉਹ ਬਣਨੀ ਆ। ਜਦੋਂ ਪਾਰਟ ਬੀ ਦੇ ਅਕੋਰਡਿੰਗ ਤੁਹਾਡੀ ਮੈਰਿਟ ਲਿਸਟ ਬਣ ਗਈ ਹੈ, ਅਤੇ ਉਸ ਤੋਂ ਬਾਅਦ ਦੇ ਵਿੱਚ ਤੁਹਾਡਾ ਟਾਈਪਿੰਗ ਟੈਸਟ ਹੋਏਗਾ। ਟਾਈਪਿੰਗ ਟੈਸਟ ਦੇ ਵਿੱਚ ਕੀ ਹੋਊਗਾ ਜੀ? ਟਾਈਪਿੰਗ ਟੈਸਟ ਦੇ ਵਿੱਚ ਹੋਊਗਾ ਜੀ ਪੰਜਾਬੀ ਅਤੇ ਇੰਗਲਿਸ਼ ਟਾਈਪਿੰਗ ਹੋਊਗੀ ਤੁਹਾਡੀ। 30 ਵਰਡਸ ਪਰ ਮਿੰਟ ਤੁਹਾਡੀ ਸਪੀਡ ਆ ਜਿਹੜੀ ਉਹ ਹੋਣੀ ਚਾਹੀਦੀ ਹੈ, ਉਹ ਇਹਨਾਂ ਨੇ ਦੇਖਣੀ ਆ। ਅਤੇ ਕੁਆਲੀਫਾਈਂਗ ਇਨ ਨੇਚਰ ਹੈ, ਇਹਦੇ ਵੀ ਮਾਰਕਸ ਵਗੈਰਾ ਨਹੀਂ ਐਡ ਹੋਣੇ, ਮਾਰਕਸ ਤੁਹਾਡੇ ਸਿਰਫ ਪੇਪਰ ਬੀ ਦੇ ਹੀ ਐਡ ਹੋਣੇ ਆ, ਠੀਕ ਹੈ ਜੀ। ਅਤੇ ਕੋਈ ਇਹਦੇ ਵਿੱਚ ਇੰਟਰਵਿਊ ਨਹੀਂ ਹੈਗਾ। ਜਿਹੜਾ ਟਾਈਪਿੰਗ ਟੈਸਟ ਆ ਤੁਹਾਡਾ ਜਿਹੜਾ ਉਹ ਕੰਪਿਊਟਰ 'ਤੇ ਲਿਆ ਜਾਊਗਾ, ਠੀਕ ਹੈ ਜੀ। ਅਤੇ ਅਪਲਾਈ ਕਰਨ ਲਈ ਤੁਸੀਂ ਬੋਰਡ ਦੀ ਵੈਬਸਾਈਟ ਆ ਜਿਹੜੀ ਆ ਮੈਂਸ਼ਨ ਕੀਤੀ ਹੋਈ ਆ, ਉਹਦੇ ਵਿੱਚ ਜਾ ਕੇ ਅਪਲਾਈ ਕਰ ਸਕਦੇ ਹੋ ਉਹਦੇ 'ਤੇ ਜਾ ਕੇ, ਠੀਕ ਹੈ ਜੀ। ਆਹ ਜਿਹੜੀਆਂ ਇਹਨਾਂ ਨੇ ਕੁਛ ਕੰਡੀਸ਼ਨਸ ਦਿੱਤੀਆਂ ਹੋਈਆਂ ਨੇ ਜਿਹਦੇ 'ਤੇ ਤੁਹਾਨੂੰ ਅਯੋਗ ਕਰਾਰ ਦਿੱਤਾ ਜਾ ਸਕਦਾ ਵਾ, ਠੀਕ ਹੈ। ਤੁਸੀਂ ਪੜ੍ਹ ਲਿਓ, ਜਿੱਦਾਂ ਪੂਰੀ ਫੀਸ ਪ੍ਰਾਪਤ ਨਾ ਹੋਣਾ ਜਾਂ ਸਮੇਂ ਸਿਰ ਫੀਸ ਨਾ ਜਮ੍ਹਾਂ ਕਰਾਉਣਾ, ਕੋਈ ਗਲਤ ਜਾਣਕਾਰੀ ਭਰਤੀ ਜਾਂ ਘੱਟ ਹੈਗੀ ਜਾਣਕਾਰੀ ਭਰੀ ਹੈ ਤੁਸੀਂ ਜੀ, ਠੀਕ ਹੈ ਜੀ। ਤਾਂ ਇਹਨਾਂ ਸਾਰੀਆਂ ਚੀਜ਼ਾਂ ਕਰਕੇ ਤੁਹਾਡੀ ਜਿਹੜੀ ਕੈਂਡੀਡੇਸ਼ਨ ਆ ਉਹ ਰਿਜੈਕਟ ਕੀਤੀ ਜਾ ਸਕਦੀ ਹੈ। ਅਪਲਾਈ ਕਰਨ ਦਾ ਮੈਂ ਤੁਹਾਨੂੰ ਆਲਰੇਡੀ ਦੱਸਤਾ, ਲਾਸਟ ਡੇਟ ਦੱਸਤੀ, ਅਪਲਾਈ ਕਰਨ ਦੀ ਡੇਟ ਦੱਸਤੀ। ਅਤੇ ਇਹ ਜਿਹੜੀ ਲਾਸਟ ਡੇਟ ਇਹਨਾਂ ਨੇ 9/9/2024 ਦਿੱਤੀ ਹੈ, ਸ਼ਾਮ ਮਤਲਬ ਪੂਰੇ ਦਿਨ ਹੀ ਕਰ ਸਕਦੇ ਹੋ, ਰਾਤ ਨੂੰ 12 ਵਜੇ ਤੱਕ ਹੈ ਦਿੱਤੀ ਹੋਈ, ਹੈ ਨਾ। ਅਤੇ ਉਹਦੇ ਅਕੋਰਡਿੰਗ ਹੈਗੀ ਤੁਸੀਂ ਆਪਣਾ ਫੋਰਮ ਆ ਜਿਹੜਾ ਭਰ ਸਕਦੇ ਹੋ। ਸੋ ਜਿਨ੍ਹਾਂ ਦੀ ਵੀ ਬਣਦੀ ਆ ਐਲੀਜੀਬਿਲਟੀ ਤਾਂ ਉਹ ਹੈ ਨਾ ਜ਼ਰੂਰ ਅਪਲਾਈ ਕਰਿਓ ਸਾਰੇ ਜਾਣੇ, ਜਿਨ੍ਹਾਂ ਦੀ ਵੀ ਐਲੀਜੀਬਿਲਟੀ ਬਣਦੀ ਹੈ, ਜਿਨ੍ਹਾਂ ਨੇ ਲਾਅ ਦੇ ਵਿੱਚ ਗ੍ਰੈਜੂਏਸ਼ਨ ਕੀਤੀ ਆ, LLB ਕੀਤੀ ਆ, ਜ਼ਰੂਰ ਅਪਲਾਈ ਕਰਿਓ। P++B ਦਾ ਇਹ ਹੈਗਾ ਆ, ਠੀਕ ਹੈ ਜੀ। ਅਤੇ ਆਪਣੀਆਂ ਤੁਹਾਡੀਆਂ ਜਿਹੜੀਆਂ ਇਹਨਾਂ ਨੇ ਜ਼ਰੂਰੀ ਹਦਾਇਤਾਂ ਦਿੱਤੀਆਂ, ਤੁਸੀਂ ਇੱਕ ਵਾਰੀ ਚਾਹੁਣ ਤਾਂ ਪੜ੍ਹ ਸਕਦੇ ਹੋ, ਹੈ ਨਾ। ਅਤੇ ਚਲੋ ਜੀ, ਥੈਂਕ ਯੂ ਸੋ ਮੱਚ, ਜ਼ਰੂਰ ਕਰਿਓ ਅਪਲਾਈ। ਅਤੇ ਅੱਗੇ ਦੀਆਂ ਜੋਬਸ ਦੀ ਜਾਣਕਾਰੀ ਪਾਉਣ ਲਈ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ, ਬੈੱਲ ਆਈਕੋਨ ਦੱਬ ਲਿਓ, ਅਤੇ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ। ਥੈਂਕ ਯੂ।